ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ 80 ਅਧਿਆਪਕਾਂ ਨੂੰ ਰਾਜਪਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਸਿੱਖਿਆ ਵਿਭਾਗ ਵੱਲੋਂ ਜਾਰੀ ਸੂਚੀ ਮੁਤਾਬਕ 36 ਅਧਿਆਪਕਾਂ ਨੂੰ ਅਪਰ ਪ੍ਰਾਇਮਰੀ ਵਰਗ ਵਿੱਚ ਅਤੇ 22 ਅਧਿਆਪਕਾਂ ਨੂੰ ਪ੍ਰਾਇਮਰੀ ਵਰਗ ਵਿੱਚ ਅਪਰ ਪ੍ਰਾਇਮਰੀ ਦੇ 6 ਅਧਿਆਪਕਾਂ ਨੂੰ ਜੰਗ ਅਧਿਆਪਕ ਵਰਗ ਵਿੱਚ ਅਤੇ ਪ੍ਰਾਇਮਰੀ ਦੇ 5 ਅਧਿਆਪਕਾਂ ਨੂੰ ਜੰਗ ਅਧਿਆਪਕ ਵਰਗ ਵਿੱਚ ਜਦਕਿ 11 ਨੂੰ ਪ੍ਰਬੰਧਕੀ ਕਾਰਜਾਂ ਲਈ ਰਾਜਪਦਰੀ ਸਨਮਾਨ ਦਿੱਤੇ ਜਾਣਗੇ